ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ PBC ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਰਾਜ ਸਿੰਘ ਸਰਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀਵਨ ਜਾਂਚ ਪ੍ਰੋਗਰਾਮ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਜਿਵੇਂ ਹਰੇਕ ਆਪਣਾ ਹਫ਼ਤੇ ਲੈ ਕੇ ਆਉਂਦੇ ਹਾਂ, ਅਤੇ ਅੱਜ ਅਸੀਂ ਜੀਵਨ ਜਾਂਚ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਜੋ ਕਿ ਬੈਸਟ ਸਪੀਕਰ ਗੌਰਮੈਂਟ ਕਾਲਜ ਲੁਧਿਆਣਾ, ਚੰਡੀਗੜ੍ਹ ਪ੍ਰੈਸ ਕਲੱਬ ਦੇ 3 ਵਾਰ ਪ੍ਰੈਜ਼ੀਡੈਂਟ ਅਤੇ ਟ੍ਰਿਬਿਊਨ ਗਰੁੱਪ ਦੇ ਸੀਨੀਅਰ ਜਰਨਲਿਸਟ ਰਹਿ ਚੁੱਕੇ, ਅਤੇ ਫਿਰ ਗਲੋਬ ਪੰਜਾਬ TV ਦੇ ਸੀਨੀਅਰ ਜਰਨਲਿਸਟ ਜੋ ਕਿ ਅੱਜ ਕੱਲ੍ਹ ਬਹੁਤ ਹੀ ਸੋਹਣੀ ਭੂਮਿਕਾ ਨਿਭਾ ਰਹੇ ਹਨ, ਜਗਤਾਰ ਸਿੰਘ ਸਿੱਧੂ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਅਤੇ ਸਭ ਤੋਂ ਪਹਿਲਾਂ ਉਹਨਾਂ ਸਵਾਗਤ ਕਰਦੇ ਹਾਂ। ਸਿੱਧੂ ਸਾਹਿਬ ਵੈਲਕਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਜਗਰਾਜ ਜੀ, ਤੁਹਾਡਾ ਅਤੇ ਤੁਹਾਡੇ ਦਰਸ਼ਕਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ। ਤੁਹਾਡੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ, ਔਰ ਮੌਕਾ ਦੇਣ ਦੇ ਨਾਲ ਨਾਲ ਇੰਨੇ ਵਧੀਆ ਲਫਾਜ਼ ਦੇ ਨਾਲ ਮੇਰੀ ਜਾਣ ਪਛਾਣ ਕਰਾਈ ਹੈ। ਬਹੁਤ ਬਹੁਤ ਮਿਹਰਬਾਨੀ ਜਗਰਾਜ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਧੰਨਵਾਦ ਜੀ। ਸਿੱਧੂ ਸਾਹਿਬ, ਜਿਵੇਂ ਕਿ ਤੁਸੀਂ ਉੱਥੇ ਵੀ ਇੰਡੀਆ ਦੇ ਵਿੱਚ ਵੀ ਇੰਟਰਨੈਸ਼ਨਲੀ ਜੀਵਨ ਜਾਂਚ ਪ੍ਰੋਗਰਾਮ ਜਾਂਦਾ ਹੈ ਅਤੇ ਤੁਸੀਂ ਵੀ ਬਹੁਤ ਵਾਰੀ ਦੇਖਦੇ ਹੋ, ਸਭ ਤੋਂ ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਹੈ ਇਹਦੀ ਪਿੰਗਲਵਾੜਾ, ਅੰਮ੍ਰਿਤਸਰ, ਭਗਤ ਪੂਰਨ ਸਿੰਘ ਅਤੇ ਡਾਕਟਰ ਬੀਬੀ ਇੰਦਰਜੀਤ ਕੌਰ ਜੋ ਕਿ ਭਗਤ ਜੀ ਦੇ ਨਕਸ਼ੇ ਕਦਮਾਂ 'ਤੇ ਇੱਕ ਬਹੁਤ ਹੀ ਬਾਖੂਬੀ ਦੇ ਨਾਲ ਸੇਵਾ ਕਰ ਰਹੇ ਪਿੰਗਲਵਾੜੇ, ਅਤੇ ਤੁਹਾਡੀ ਜ਼ਬਾਨੀ ਸੁਣਨਾ ਚਾਹਾਂਗੇ ਕਿ ਕੀ ਉੱਥੇ ਪਿੰਗਲਵਾੜੇ ਕਰੇ ਜਾਣ ਦਾ ਮੌਕਾ ਮਿਲਿਆ, ਜਾਂ ਪਿੰਗਲਵਾੜੇ ਬਾਰੇ ਤੁਸੀਂ ਕੀ ਸੁਣਿਆ ਅਤੇ ਕੀ ਕਹਿਣਾ ਚਾਹੋਗੇ? ਜਗਰਾਜ ਜੀ, ਪਹਿਲੀ ਗੱਲ ਤਾਂ ਭਗਤ ਪੂਰਨ ਸਿੰਘ ਦਾ ਨਾਂ ਜ਼ੁਬਾਨ 'ਤੇ ਆਉਂਦਾ ਹੀ, ਪਿੰਗਲਵਾੜਾ ਦਾ ਨਾਂ ਜ਼ੁਬਾਨ 'ਤੇ ਆਉਂਦਾ ਹੀ, ਜੋ ਵੀ ਦਰਸ਼ਕ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ, ਇੱਕ ਤਰ੍ਹਾਂ ਦਾ ਉਹਦੇ ਮਨਾਂ 'ਚ ਠੰਡ ਜਿਹੀ ਪੈ ਜਾਂਦੀ ਹੈ। ਮਾਨਵਤਾ ਦਾ ਸੁਨੇਹਾ ਪਿੰਗਲਵਾੜਾ ਅਤੇ ਮਾਨਵਤਾ ਦਾ ਸੁਨੇਹਾ, ਮੈਂ ਕਹਾਂਗਾ ਕਿ ਦੋਵੇਂ ਇਕਸਾਰ ਹੈ, ਬਰਾਬਰ ਸੁਨੇਹਾ ਦਿੰਦੇ ਆ, ਚਾਹੇ ਪਿੰਗਲਵਾੜੇ ਦੀ ਗੱਲ ਕਰੀਏ ਚਾਹੇ ਮਾਨਵਤਾ ਦੀ ਗੱਲ ਕਰ ਲਈਏ, ਦੋਨਾਂ 'ਚ ਹੀ ਕੋਈ ਫਰਕ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਪਿੰਗਲਵਾੜਾ ਦੀ ਸੇਵਾ ਦੀ ਗੱਲ ਕੀਤੀ ਹੈ, ਉਸ ਅਦਾਰੇ ਦਾ ਜ਼ਿਕਰ ਕੀਤਾ ਹੈ, ਮੈਂ ਕਹੂੰਗਾ ਕਿ ਦੁਨੀਆ ਭਰ 'ਚ ਬਹੁਤ ਰੇਅਰ ਇਹੋ ਜਿਹੇ ਅਦਾਰੇ ਹੋਣਗੇ ਜਿੱਦਾਂ ਪਿੰਗਲਵਾੜਾ ਮਾਨਤਾ ਦੀ ਸੇਵਾ ਕਰ ਰਿਹਾ। ਆਪਾਂ ਭਗਤ ਪੂਰਨ ਸਿੰਘ ਜੀ ਦੀ ਗੱਲ ਕਰਦੇ ਹਾਂ, ਜਿਸ ਕਦਰ ਜਿਸ ਸੰਘਰਸ਼ 'ਚੋਂ ਆਪਣਾ ਜ਼ਿੰਦਗੀ ਦਾ ਜੀਵਨ ਸ਼ੁਰੂ ਕੀਤਾ, ਬਹੁਤ ਹੀ ਔਖਿਆਈਆਂ ਦੇ ਵਿੱਚੋਂ ਨਿਕਲਦਿਆਂ, ਉਹ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਿਆਂ, ਮਾਨਤਾ ਦੀ ਸੇਵਾ ਕਰਦਿਆਂ ਉਹ ਲਗਾਤਾਰ ਅੱਗੇ ਵਧੇ, ਅਤੇ ਉਹਨਾਂ ਨੇ ਆਪਣਾ ਕੁਝ ਵੀ ਨਹੀਂ ਕਮਾਇਆ, ਉਹਨਾਂ ਨੇ ਜੋ ਵੀ ਸੁਨੇਹਾ ਦਿੱਤਾ ਮਾਨਵਤਾ ਦੇ ਲਈ ਦਿੱਤਾ ਹੈ, ਚਾਹੇ ਉਹ ਗਰੀਬਾਂ ਦੀ ਗੱਲ ਕਰ ਲਈਏ, ਚਾਹੇ ਬਿਮਾਰਾਂ ਦੀ ਗੱਲ ਕਰ ਲਈਏ, ਚਾਹੇ TV ਦੇ ਮਰੀਜ਼ਾਂ ਦੀ ਗੱਲ ਕਰ ਲਈਏ, ਚਾਹੇ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਰ ਲਈਏ, ਚਾਹੇ ਖਿਡਾਰੀਆਂ ਦੀ ਗੱਲ ਕਰ ਲਈਏ, ਚਾਹੇ ਖੇਤੀਬਾੜੀ ਦੀ ਗੱਲ ਕਰ ਲਈਏ, ਮੈਂ ਕਹਿੰਦਾ ਕਿ ਦੁਨੀਆ ਦਾ ਮਾਨਵਤਾ ਨਾਲ ਜੁੜਿਆ ਵਾ ਕੋਈ ਵੀ ਐਸਾ ਵਿਸ਼ਾ ਨਹੀਂ ਹੋਏਗਾ ਜਿਸ ਨੂੰ ਭਗਤ ਪੂਰਨ ਸਿੰਘ ਜੀ ਨੇ ਟੱਚ ਨਾ ਕੀਤਾ ਹੋਵੇ। ਉਹ ਜੇ ਮਹਾਨ ਵਿਅਕਤੀ ਬਾਰੇ ਗੱਲ ਕਰਨ ਦਾ ਤੁਸੀਂ ਮੈਨੂੰ ਜਿਹੜਾ ਮੌਕਾ ਦਿੱਤਾ ਹੈ, ਇਹਨਾਂ ਦਾ ਤੁਹਾਡਾ ਬਹੁਤ ਹੀ ਧੰਨਵਾਦੀ ਹੈ। ਔਰ ਉਹ ਐਸਾ ਸ਼ਖਸ ਹੈ, ਦੇਖੋ ਕਿਆ ਕਮਾਲ ਦਾ ਉਹਨਾਂ ਦੀ ਸ਼ਖਸੀਅਤ ਹੈ, ਜਦੋਂ ਆਪਾਂ ਉਹਨਾਂ ਦੇ ਨਿਮਰਤਾ ਦਾ, ਉਹਨਾਂ ਦੀ ਸੇਵਾ ਦੀ ਗੱਲ ਕਰਦੇ ਹਾਂ, ਪਰ ਉਹਨਾਂ ਦੇ ਅੰਦਰ ਕਿੰਨਾ ਜ਼ਿਆਦਾ ਇੱਕ ਤਾਕਤ ਜਾਂ ਸ਼ਕਤੀ ਸੀ ਅਕਾਲ ਪੁਰਖ ਵੱਲੋਂ। ਜਦੋਂ ਹੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਜਿਹੜਾ ਸਰਵਉੱਚ ਸਨਮਾਨ ਜਿਹੜਾ ਇੰਡੀਆ ਦੇ ਦਿੱਤਾ ਜਾਂਦਾ ਹੈ ਪਦਮ ਸ਼੍ਰੀ ਅਵਾਰਡ, ਉਹ ਕਹਿੰਦੇ ਚੁੱਕੋ ਆਪਣਾ ਪਦਮ ਸ਼੍ਰੀ ਅਵਾਰਡ, ਮੈਨੂੰ ਨਹੀਂ ਚਾਹੀਦਾ। ਇਹ ਗੱਲ ਭਗਤ ਪੂਰਨ ਸਿੰਘ ਜੀ ਸਹਿ ਸਵਾਈ ਆਖ ਸਕਦੇ ਹੈ, ਔਰ ਉਸ
ਹਸਤੀ ਨੇ ਗੱਲ ਕੀਤੀ ਹੈ ਜਿਹਨੇ ਨਾ ਤਾਂ ਕਦੇ ਚੋਣਾਂ ਲੜਨੀਆਂ, ਨਾ ਕਦੇ ਮੁੱਖ ਮੰਤਰੀ ਬਣਨਾ ਸੀ, ਨਾ ਕਦੇ ਵਿਧਾਇਕ ਬਣਨਾ ਸੀ ਤੇ ਨਾ ਪ੍ਰਧਾਨ ਮੰਤਰੀ ਬਣਨਾ ਸੀ। ਜਾਣੀ ਮਾਨਤਾ ਦੀ ਸੇਵਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਦੋਂ ਹੀ ਕਦੇ, ਕਿਉਂਕਿ 1984 ਦੇ ਕਤਲੇਆਮ ਦੀ ਗੱਲ ਕਰ ਲਈਏ, ਚਾਹੇ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕਰ ਲਈਏ, ਇਹ ਤੋਂ ਵੱਡਾ ਮਾਨਤਾ ਨਾਲ ਅਨਿਆਂ, ਹੋਰ ਅਨਿਆਂ ਹੋ ਨਹੀਂ ਸਕਦਾ। ਤੇ ਭਗਤ ਪੂਰਨ ਸਿੰਘ ਦੀ ਇੱਕੋ ਆਵਾਜ਼ ਨੇ ਦੁਨੀਆਂ ਭਰ ਦੇ ਵਿੱਚ ਇਹ ਗੱਲ ਪਹੁੰਚਾ ਦਿੱਤੀ ਕਿ ਦੇਖੋ ਕਿਸ ਕਦਰ ਭਗਤ ਪੂਰਨ ਸਿੰਘ ਨੇ ਪਦਮ ਸ਼੍ਰੀ ਅਵਾਰਡ ਵਾਪਸ ਕਰ ਦਿੱਤਾ। ਇੰਨੀ ਨਿਮਰਤਾ ਦੇ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇੱਕ ਗਰੀਬ ਜਿਹੜਾ ਸੜਕ 'ਤੇ ਤੁਰਿਆ ਜਾਂਦਾ ਵਿਅਕਤੀ ਹੈ, ਬਿਮਾਰ ਹੈ, ਜਿਹੜਾ ਆਪਣੀ ਬਿਮਾਰੀ ਨਾਲ ਕਰਾਹ ਰਿਹਾ, ਉਹਨੂੰ ਚੁੱਕ ਕੇ ਆਪਣੇ ਗਲ ਨਾਲ ਲਾ ਰਿਹਾ, ਕਦੇ ਸਰਦੀ ਹੈ ਤਾਂ ਕੰਬਲ ਦੇ ਰਿਹਾ, ਗਰਮੀ ਹੈ ਤਾਂ ਛਾਵੇਂ ਬਿਠਾਉਂਦੇ ਹੈ, ਔਰ ਬੱਚਿਆਂ ਦੀ ਪੜ੍ਹਾਈ ਉਹਨਾਂ ਨੂੰ ਖੇਡਾਂ 'ਚ ਲੈ ਕੇ ਜਾਂਦੇ ਹੈ, ਹਰ ਲਿਹਾਜ਼ ਨਾਲ ਜਿਸ ਕਦਰ ਉਹਨਾਂ ਨੇ ਮਾਨਤਾ ਦੀ ਮਦਦ ਕੀਤੀ ਹੈ ਸੜਕ 'ਤੇ ਤੁਰੇ ਜਾਂਦਿਆਂ ਨੂੰ, ਜੇ ਕਿਤੇ ਕੋਈ ਇੱਦਾਂ ਦੀ ਕੋਈ ਚੀਜ਼ ਨਜ਼ਰ ਆ ਗਈ ਜਿਹਦੇ ਨਾਲ ਕੋਈ ਮਨੁੱਖ ਠੇਡਾ ਖਾ ਕੇ ਡਿੱਗ ਸਕਦਾ ਹੈ, ਤਾਂ ਉਹ ਵੀ ਚੁੱਕੇ ਪਾਸੇ। ਮੈਂ ਸਮਝਦਾ ਇੱਡੀ ਵੱਡੀ ਪ੍ਰੇਰਣਾ ਦੇਣ ਵਾਲਾ ਵਿਅਕਤੀ, ਜਿਹੜੀ ਐਡੀ ਵੱਡੀ ਸਰਕਾਰ ਹੋਵੇ, ਉਸ ਨੂੰ ਪਦਮ ਸ਼੍ਰੀ ਅਵਾਰਡ ਵੀ ਵਾਪਸ ਕੀਤਾ ਹੋਵੇ, ਇਹ ਗੁਰੂ ਸਾਹਿਬਾਨ ਦੀ ਕਿਰਪਾ ਹੀ ਹੋ ਸਕਦੀ ਹੈ ਉਸ ਸ਼ਖਸੀਅਤ ਦੇ ਉੱਤੇ। ਤੇ ਮਾਨਤਾ ਦੀ ਸੇਵਾ ਸੜਕ ਤੋਂ ਲੈ ਕੇ ਦਿੱਲੀ ਦੇ ਦਰਬਾਰ ਤੱਕ ਉਹਨਾਂ ਨੇ ਆਪਣੀ ਆਵਾਜ਼ ਗੁੰਜਾਈ ਹੈ ਕਿ ਇਹ ਹੁੰਦਾ ਮਾਨਤਾ ਦਾ ਸੱਚਾ ਪਿਆਰ। ਤੁਸੀਂ ਜੀਵਨ ਜਾਂਚ ਦੀ ਗੱਲ ਕੀਤੀ ਹੈ, ਇਸ ਤੋਂ ਵੱਡੀ ਜੀਵਨ ਜਾਂਚ ਕੋਈ ਹੋਰ ਸਿਖਾ ਨਹੀਂ ਸਕਦਾ ਜੋ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਜਾਂ ਸਿਖਾਇਆ। ਜਗਰਾਜ ਜੀ ਧੰਨਵਾਦ ਜੀ। ਦੇਖੋ ਆਪਣਾ ਜਗਰਾਜ ਸਿੰਘ ਜੀ, ਤੁਹਾਨੂੰ ਮੈਂ ਥੋੜ੍ਹਾ ਜਿਹਾ ਪਿੱਛੇ ਨੂੰ ਲੈ ਕੇ ਜਾਂਦਾ ਕਿ ਤੁਸੀਂ ਜਦੋਂ ਬੈਸਟ ਸਪੀਕਰ ਗੌਰਮੈਂਟ ਕਾਲਜ ਲੁਧਿਆਣਾ ਦੇ ਵਿੱਚ ਹੁੰਦੇ ਸੀ ਤੇ ਤੁਹਾਡਾ ਮੇਨ ਜਿਹੜਾ ਟੌਪਿਕ ਹੁੰਦਾ ਸੀਗਾ, ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਤੇ ਇਹ ਸਾਡੀ ਜਿਹੜੀ ਤਕਦੀਰ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਗੁਰੂ ਸਾਹਿਬਾਨ ਤੋਂ ਲੈ ਕੇ ਤੇ 1947 ਤੱਕ ਕੁਰਬਾਨੀਆਂ, ਸ਼ਹਾਦਤਾਂ ਹੋਈਆਂ ਦਿੱਤੀਆਂ ਤੇ ਸੁਪਨੇ ਲਏ ਉਹਨਾਂ ਸ਼ਹੀਦਾਂ ਨੇ, ਉਹਨਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਕਿ ਸਾਡਾ ਇੱਕ ਦਿਨ ਭਾਰਤ ਧਰਮ ਨਿਰਪੱਖ ਹੋਏਗਾ, ਮੁੱਢਲੇ ਅਧਿਕਾਰਾਂ ਦਾ ਸਾਨੂੰ ਮਾਣ ਹੋਏਗਾ, ਉਹਨਾਂ ਦਾ ਆਨੰਦ ਮਾਣਾਂਗੇ। ਤੇ ਇਹ ਸਭ ਕੁਛ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਤੇ ਅੱਜ ਤੁਸੀਂ ਜੋ ਇੰਡੀਆ ਦਾ ਹਾਲਾਤ ਹਨ ਉਹਨਾਂ ਨੂੰ ਕਿਵੇਂ ਦੇਖਦੇ ਹੋ? ਜਗਰਾਜ ਜੀ, ਬਹੁਤ ਵੱਡਾ ਸਵਾਲ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ। ਆਪਾਂ ਸਮੇਂ ਦੇ ਲਿਹਾਜ਼ ਨਾਲ ਇਹਦੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਸੀਂ ਜਿਹੜਾ ਸਵਾਲ ਲਿਆਂਦਾ ਹੈ ਸਵਾਲ ਜਵਾਬ ਦੇ ਸਕੀਏ। ਵੱਡਾ ਸਵਾਲ ਇਹ ਕਿ ਦੇਖੋ ਆਪਾਂ ਗੱਲ ਕਰਦੇ ਹਾਂ ਮਾਨਤਾ ਦੀ, ਪਹਿਲਾਂ ਜਿੱਦਾਂ ਆਪਾਂ ਭਗਤ ਪੂਰਨ ਸਿੰਘ ਦਾ ਨਾਂ ਲਿਆ, ਬਾਬਾ ਭੀਮ ਰਾਓ ਅੰਬੇਦਕਰ ਜਿਹੜੇ ਸੰਵਿਧਾਨ ਦੇ ਘਾੜੇ ਸੀ, ਜਿਹਨਾਂ ਨੇ ਸੰਵਿਧਾਨ ਰਚਿਆ ਘੜਿਆ, ਉਹਨਾਂ ਨੇ ਦੇਸ਼ ਦੇ ਅੰਦਰ ਸਭ ਨੂੰ ਮਾਨਤਾ ਦੇ ਬਰਾਬਰ ਦੇ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ, ਸਹੂਲਤਾਂ ਦੇਣ ਦੀ, ਡੈਮੋਕ੍ਰੇਸੀ ਦੀ ਗੱਲ, ਧਰਮ ਨਿਰਪੱਖਤਾ ਦੀ ਗੱਲ। ਇਹ ਤਾਂ ਦੇਖੋ ਸੰਵਿਧਾਨ 'ਚ ਲਿਖੀ ਵੀ ਗੱਲ ਹੈ ਕਿ ਸਾਡਾ ਜਿਹੜਾ ਦੇਸ਼ ਹੈ ਧਰਮ ਨਿਰਪੱਖ ਹੋਏਗਾ, ਉਹ ਪ੍ਰਜੈਂਬਲ ਉਹ ਸਿਧਾਂਤ ਅਜੇ ਤੱਕ ਬਦਲਿਆ ਨਹੀਂ ਗਿਆ, ਉਸੇ ਤਰੀਕੇ ਨਾਲ ਹੀ ਹੈ। ਪਰ ਇਹ ਹੁੰਦਾ ਕਿ ਰਾਜਨੀਤੀ ਦੇ ਚੱਲਦਿਆਂ ਜਿਸ ਕਦਰ ਸੱਤਾ 'ਚ ਲੋਕ ਆਉਣਾ ਲੋਚਦੇ ਹੈ, ਜੇ ਆਪਾਂ ਪਾਰਟੀਆਂ ਦੀ ਵੀ ਗੱਲ ਕਰੀਏ, ਸਾਡੇ ਮੁਲਕ ਦੀ ਆਪਾਂ ਗੱਲ ਕਰਦੇ ਹਾਂ, ਤਾਂ ਭਾਰਤ ਦੇ ਅੰਦਰ ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਦੂਜੀਆਂ ਸੂਬਿਆਂ ਦੀਆਂ ਪਾਰਟੀਆਂ, ਖੇਤਰੀ ਪਾਰਟੀਆਂ, ਬਹੁਤ ਕੁਝ ਖਿਲਾਰਾ ਰਾਜਸੀ ਧਿਰਾਂ ਦਾ ਪਿਆ ਹੋਇਆ, ਤਾਂ ਉਹ ਖਿਲਾਰੇ ਦੇ ਵਿੱਚ ਉਹਨਾਂ ਦਾ ਇੱਕੋ ਨਿਸ਼ਾਨਾ ਹੁੰਦਾ ਕਿ ਸੱਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਇਹ ਸਹੀ ਹੈ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਹਰ ਇੱਕ ਨੂੰ ਜੇ ਸਿਰ ਚੱਕਣ ਲਈ ਛਾਤਰਾ ਮਿਲੇ
ਪੀਣ ਲਈ ਸਾਫ਼ ਪਾਣੀ ਨਾ ਮਿਲੇ, ਪਾਣੀ ਦਾ ਸਹੀ ਪ੍ਰਬੰਧ ਨਾ ਹੋਵੇ, ਵਿੱਦਿਆ ਦਾ ਸਹੀ ਇੰਤਜ਼ਾਮ ਨਾ ਹੋਵੇ, ਤਾਂ ਸਵਾਲ ਉੱਠਣੇ ਸੁਭਾਵਿਕ ਹੈ। ਔਰ ਇਸ ਮਾਮਲੇ 'ਚ ਮੈਂ ਕਹਾਂਗਾ ਕਿ ਸਾਰੇ ਨੰਗੇ ਹੈ। ਜੇ ਆਪਾਂ ਇੱਕ ਦੀ ਗੱਲ ਕਰੀਏ, ਇਸ ਦੇਸ਼ ਦੇ ਅੰਦਰ ਲੰਬਾ ਸਮਾਂ ਕਾਂਗਰਸ ਰਹੀ, ਪਿਛਲੇ ਦੋ ਵਾਰੀ ਤੋਂ ਬਾਅਦ ਹੁਣ ਤੀਜੀ ਵਾਰ ਆ ਗਏ ਹੈ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹਨਾਂ ਦੀ ਗੱਲ ਕਰ ਲਈਏ, ਸੂਬਿਆਂ 'ਚ ਸਰਕਾਰਾਂ ਬਦਲਦੀਆਂ ਰਹਿੰਦੀਆਂ, ਜਦੋਂ ਸੱਤਾ 'ਚ ਆਉਣਾ ਹੁੰਦਾ ਸਾਰੀਆਂ ਧਿਰਾਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਦੀਆਂ ਕਿ ਅਸੀਂ ਆਪਣੇ ਸੂਬੇ ਦੇ ਆਪਦੇ ਦੇਸ਼ ਦੇ ਲੋਕਾਂ ਦੇ ਭਲੇ ਲਈ ਗੱਲ ਕਰਾਂਗੇ, ਉਹਨਾਂ ਦੇ ਨਿਆਂ ਅਤੇ ਇਨਸਾਫ ਲਈ ਗੱਲ ਕਰਾਂਗੇ। ਕਿੰਨਾ ਕੁ ਵਿਕਾਸ ਹੋਇਆ, ਕਿੰਨਾ ਕੁ ਅਪਲਿਫਟ ਹੋਏ ਦੇਸ਼ ਅਤੇ ਸੂਬੇ ਦੇ ਲੋਕ, ਉਹਦਾ ਅੰਦਾਜ਼ਾ ਲਗਾਇਆ ਜਾ ਸਕਦਾ। ਮੈਂ ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹਾਂ ਕਿ ਬਿਲਕੁਲ ਆਪਾਂ ਕਹੀਏ ਕਿ ਜ਼ੀਰੋ ਆ, ਕਿ ਵਿਕਾਸ ਹੋਇਆ ਨਹੀਂ, ਵਿਕਾਸ ਵੀ ਹੋਇਆ, ਪਰ ਜਦੋਂ ਸੱਤਾ ਦੇ ਆਉਣ ਲਈ ਰਾਹ ਚੁਣੇ ਜਾਂਦੇ, ਜਿਹੜਾ ਤੁਸੀਂ ਸਵਾਲ ਕੀਤਾ ਹੈ, ਸਵਾਲ ਜਿਹਦਾ ਵਿਕਾਸ ਨੂੰ ਲੈ ਕੇ ਹੋਵੇ, ਲੋਕਾਂ ਦੇ ਭਲੇ ਲਈ ਹੋਵੇ, ਜਿੱਦਾਂ ਮੈਂ ਕਿਹਾ ਐਜੂਕੇਸ਼ਨ ਦੀ ਗੱਲ ਹੈ, ਹੈਲਥ ਦੀ ਗੱਲ ਹੈ, ਪ੍ਰੋਜੈਕਟਾਂ ਦੀ ਗੱਲ ਹੈ, ਫਿਰ ਤਾਂ ਗੱਲ ਸਮਝ ਲੱਗਦੀ ਹੈ। ਜੇ ਆਪਾਂ ਯਤਨ ਇਹ ਕਰੀਏ ਇੱਕ ਦੂਜੇ ਦੇ ਧਰਮ ਦੇ ਖਿਲਾਫ ਭੜਕਾਉਣ ਦੀ ਗੱਲ, ਨਫ਼ਰਤ ਫੈਲਾਉਣ ਦੀ ਗੱਲ ਕੀਤੀ ਜਾਵੇ, ਤਾਂ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਤੁਹਾਡਾ ਮਨੋਰਥ ਸੱਤਾ ਹਾਸਲ ਕਰਨ ਲਈ ਤੁਸੀਂ ਧਰਮ ਤੱਕ ਨੂੰ ਨਹੀਂ ਬਖਸ਼ਦੇ। ਇਸ ਮੁਲਕ ਦੇ ਅੰਦਰ ਇਹ ਤਾਂ ਨਹੀਂ ਮੈਂ ਕਹਾਂਗਾ ਕਿ ਸਮੁੱਚੀਆਂ ਪਾਰਟੀਆਂ ਕੋਈ ਇਸ ਲਈ ਤਾਂ ਤੁਰੀਆਂ ਵੀ ਹੈ, ਇਹਨਾਂ ਪਾਰਟੀਆਂ 'ਚ ਆਗੂ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਹੱਟੇ, ਦੇਖੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਦੋਂ ਕਾਂਗਰਸ ਦਾ ਰਾਜ ਸੀ, ਕੀ ਕਿਹਾ ਜਾਵੇ, ਇਸ ਤੋਂ ਵੱਡਾ ਤਾਂ ਗੈਰ ਮਾਨਵੀ ਕਾਰਾ ਕੋਈ ਹੋ ਹੀ ਨਹੀਂ ਸਕਦਾ। 84 ਦਾ ਕਤਲੇਆਮ ਹੋਇਆ, ਜੇ ਆਪਾਂ ਗੱਲ ਕਰੀਏ ਤਾਂ ਲੰਬੀ ਗੱਲ ਹੋ ਜਾਏਗੀ, ਇਸ ਤੋਂ ਮਾੜੀ ਕੋਈ ਗੱਲ ਹੋ ਨਹੀਂ ਸਕਦੀ। ਹੁਣ ਵੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਸੱਤਾ 'ਚ ਹੈ, ਤਾਂ ਇਸ ਸਰਕਾਰ ਦੇ 'ਚ ਵੀ, ਇਸ ਪਾਰਟੀ ਦੇ ਅੰਦਰ ਵੀ ਕਿ ਪਾਰਲੀਮੈਂਟ ਮੈਂਬਰ ਹੈ, ਕਈ ਆਗੂ ਹੈ, ਜਿਹੜੇ ਨਫ਼ਰ ਦੀ ਰਾਜਨੀਤੀ ਕਰਦੇ ਹੈ, ਉਹਨਾਂ ਨੂੰ ਕੋਸਿਆ ਵੀ ਜਾਂਦਾ ਹੈ, ਉਹਨਾਂ ਨੂੰ ਨਕਾਰਿਆ ਵੀ ਜਾਂਦਾ ਹੈ, ਇਹਦੇ ਬਾਵਜੂਦ ਜਿਸ ਕਦਰ ਨੱਥ ਪੈਣੀ ਚਾਹੀਦੀ ਹੈ ਉਹ ਕਦੇ ਨੱਥ ਨਹੀਂ ਪੈਂਦੀ, ਜਿਹਦੇ ਕਰਕੇ ਬਾਹਰਲੇ ਮਾਮਲੇ ਉੱਭਰਦੇ ਰਹਿੰਦੇ ਹੈ। ਹੁਣ ਬਹੁਤ ਹੀ ਮੈਂ ਕਹਾਂਗਾ ਸੰਵੇਦਨਸ਼ੀਲ ਮੁੱਦਾ, ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਦੇਖੋ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਇਸ ਤੋਂ ਵੱਡਾ ਕੋਈ ਸਤਿਕਾਰ ਵਾਲੀ ਗੱਲ, ਕੋਈ ਹੋਰ ਵੱਡਾ ਮਾਮਲਾ ਹੋ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੋਵੇ, ਕਿੰਨੀਆਂ ਸਰਕਾਰਾਂ ਪੰਜਾਬ 'ਚ ਬਦਲ ਗਈਆਂ, ਅਜੇ ਤੱਕ ਨਿਆਂ ਅਤੇ ਇਨਸਾਫ ਮਿਲਿਆ ਨਾ ਹੋਵੇ, ਜਾਣੀ ਫਿਰ ਕਿਹਾ ਹੀ ਜਾ ਸਕਦਾ ਨਾ ਕਿ ਸੱਤਾ ਹਾਸਲ ਕਰਨ ਲਈ ਤੁਸੀਂ ਦਾਅਵੇ ਅਤੇ ਵਾਅਦੇ ਕਰਦੇ ਹੋ, ਜ਼ਮੀਨੀ ਹਕੀਕਤਾਂ ਕੁਝ ਹੋਰ ਹੈ, ਕਿਸੇ ਇੱਕ ਪਾਰਟੀ ਦੀ ਗੱਲ ਨਹੀਂ, ਸੂਬੇ ਦੀ ਗੱਲ ਵੀ ਜੇ ਆਪਾਂ ਕਰ ਲਈਏ, ਇੱਥੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਸੱਤਾ 'ਚ ਰਹੇ, ਕਹਿੰਦੇ ਸੀ ਨੌਵੇਂ ਮਿਸਤਰੀ ਦੇ ਰਾਜ ਦੀ ਗੱਲ ਕਰਦੇ ਕਿ ਨੌਂ, ਅਤੇ ਜਿਹੜਾ ਹੈਗਾ ਜਿਹੜਾ ਅਖੰਡਾ ਜਿਹੜਾ ਹੈਗਾ ਸਾਂਝ ਦੀ ਗੱਲ ਕਰਦੇ ਆ, ਭਾਰਤੀ ਜਨਤਾ ਪਾਰਟੀ ਔਰ ਜਿਹੜੀ ਹੈਗੀ ਹੈ ਅਕਾਲੀ ਦਲ, ਉਹ ਸਾਂਝ ਲੰਬਾ ਸਮਾਂ ਰਹਿਣ ਤੋਂ ਬਾਅਦ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਕਦਰ ਜਿਹੜਾ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨੀ ਮੋਰਚਾ ਚੱਲਿਆ ਉਹ ਟੁੱਟ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੇ ਚੱਲਦਿਆਂ ਵੀ ਕੋਈ ਨਿਆਂ ਅਤੇ ਇਨਸਾਫ, ਉਹ ਤੋਂ ਬਾਅਦ ਕਾਂਗਰਸ ਕੈਪਟਨ ਅਮਰਿੰਦਰ ਗੁਟਕਾ ਸਾਹਿਬ ਹੱਥ 'ਚ ਫੜ ਕੇ, ਜਿਸ ਨੇਤਾ ਨੇ ਜਿਹੜਾ ਕਹਿੰਦਾ ਕਿ ਮੈਂ ਰੱਬ ਤੋਂ ਬੜਾ ਡਰਦਾ, ਅਕਾਲ ਪੁਰਖ ਤੋਂ ਬੜਾ ਡਰਦਾ, ਸਹੁੰ ਖਾਧੀ ਉਹਦੇ ਬਾਵਜੂਦ ਵੀ ਆਪ ਜਾ ਕੇ ਭਾਜਪਾ 'ਚ ਬੈਠ ਗਏ ਅਤੇ ਮਾਮਲਾ ਉੱਥੇ ਦਾ ਉੱਥੇ, ਹੁਣ ਮੁੱਖ ਮੰਤਰੀ ਭਗਵੰਤ ਮਾਨ। ਸੋ ਲੰਬਾ ਮਾਮਲਾ, ਮੈਂ ਕਹਾਂਗਾ ਕਿ ਦੇਸ਼ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ, ਇਹ ਨਹੀਂ ਕਿ ਸਮੁੱਚੇ ਤੌਰ 'ਤੇ ਆਪਾਂ ਨਕਾਰ ਸਕਦੇ ਹਾਂ, ਪਰ ਇਹ ਰੁਝਾਨ ਵੀ ਕਿਸੇ ਹੱਦ ਤੱਕ ਬਣਿਆ ਰਹਿੰਦਾ ਹੈ ਕਿ ਧਰਮ ਦੇ ਨਾਂ 'ਤੇ ਇੱਕ ਦੂਜੇ ਦੇ ਖਿਲਾਫ ਨਫ਼ਰਤ ਦੀ ਗੱਲ ਕਰਕੇ ਜੇ ਵੋਟਾਂ ਹਾਸਲ ਕੀਤੀਆਂ ਜਾ ਸਕਦੀਆਂ। ਸੱਤਾ 'ਚ ਆਉਣਾ ਵੱਡਾ ਨਿਸ਼ਾਨਾ ਹੈ, ਧਰਮ ਜਾਂ ਦੇਸ਼ ਭਗਤੀ ਜਾਂ ਜਿਸ ਸਿਧਾਂਤ ਦੀ ਆਪਾਂ ਗੱਲ ਕਰਦੇ ਉਹਦੀ ਪਾਲਣਾ ਹੋਵੇ ਜਾਂ ਨਾ ਹੋਵੇ। ਜੀ ਜਗਤਾਰ ਸਿੰਘ ਜੀ, ਮੇਰੇ ਕੋਲ ਇਹ ਕੁਸ਼ਚਨ ਦੋ ਹੈ ਅਤੇ ਮੈਂ ਕਹਾਂਗਾ ਕਿ ਇੱਕ ਤਾਂ ਪੰਜਾਬ ਦੀ ਸਮੱਸਿਆ ਦੀ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਜੀਵਨ ਜਾਂਚ ਦੇ ਨਾਲ ਜੁੜਦਾ ਮਿਲਦਾ ਇੱਕ ਸਵਾਲ ਮੈਂ ਕਰਾਂਗਾ ਤੁਹਾਨੂੰ ਕਿ ਜਗਤਾਰ ਸਿੰਘ ਸਿੱਧੂ ਸਾਹਿਬ, ਤੁਸੀਂ ਬਹੁਤ ਵੱਡੇ ਲੀਡਰਾਂ ਨੂੰ ਸਮਾਜਿਕ, ਧਾਰਮਿਕ, ਰਾਜਨੀਤਿਕ
ਇਹਨਾਂ ਦੇ ਨਾਲ ਹਮੇਸ਼ਾ ਇੰਟਰਵਿਊ ਦੇ ਵਿੱਚ ਸਵਾਲ ਜਵਾਬ ਕਰਦੇ ਹੋ, ਲੇਕਿਨ ਅੱਜ ਤੁਸੀਂ ਜਿਹੜੀ ਚੇਅਰ 'ਤੇ ਉਹ ਬੈਠੇ ਹੁੰਦੇ ਹੋ ਉਸ 'ਤੇ ਤੁਸੀਂ ਉਹ 'ਤੇ, ਅੱਜ ਮੈਂ ਤੁਹਾਡੇ ਵਾਲੀ ਚੇਅਰ 'ਤੇ ਹੈ, ਤੁਹਾਡੇ ਤੋਂ ਮੈਂ ਪੁੱਛਾਂਗਾ ਕਿ ਅਸਲ ਦੇ ਵਿੱਚ ਜਗਤਾਰ ਸਿੰਘ ਸਿੱਧੂ ਸਾਹਿਬ ਸੀਨੀਅਰ ਜਰਨਲਿਸਟ ਹੈ, ਬੈਸਟ ਸਪੀਕਰ ਰਹੇ ਹੈ, ਪ੍ਰੈਜੀਡੈਂਟ ਰਹੇ ਹੈ ਪ੍ਰੈਸਾਂ ਦੇ, ਟ੍ਰਿਬਿਊਨ ਅਖਬਾਰ ਦੇ ਵਿੱਚ, ਅਸਲ ਦੇ ਵਿੱਚ ਜਗਤਾਰ ਸਿੰਘ ਸਿੱਧੂ ਦਾ ਜੀਵਨ ਦਾ ਨਿਸ਼ਾਨਾ ਅਤੇ ਮਕਸਦ ਕੀ ਹੈ, ਇਹ ਅੱਜ ਜਾਣਨਾ ਚਾਹਾਂਗੇ ਤੁਹਾਡੇ ਤੋਂ। ਜਗਰਾਜ ਜੀ, ਬਹੁਤ ਪਿਆਰਾ ਸਵਾਲ ਹੈ ਤੁਹਾਡਾ, ਪਹਿਲਾਂ ਤਾਂ ਮਿਹਰਬਾਨੀ ਤੁਸੀਂ ਇਹ ਸਵਾਲ ਲਿਆ। ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਕੇ ਸ਼ੁਰੂ ਕਰਾਂਗਾ। ਮੇਰਾ ਜੀਵਨ ਦਾ ਨਿਸ਼ਾਨਾ, ਤੁਸੀਂ ਆਪਾਂ ਲੰਬੀ ਗੱਲ ਸਮੇਂ ਦੇ ਲਿਹਾਜ਼ ਨਾਲ ਨਹੀਂ ਕਰ ਸਕਦੇ। ਹਾਂਜੀ, ਮੈਂ ਤੁਸੀਂ ਮੇਰੇ ਬਾਰੇ ਸਵਾਲ ਕੀਤਾ। ਜਗਰਾਜ ਜੀ, ਮੈਂ ਬਹੁਤ ਛੋਟੀ ਉਮਰ ਦੇ ਜੋ ਸਕੂਲ 'ਚ ਪੜ੍ਹਦਾ ਸੀ, ਤਾਂ ਤੁਸੀਂ ਵੀ ਪੰਜਾਬ ਤੋਂ ਜਾਣੂ ਹੋ, ਤਾਂ ਪੰਜਾਬ 'ਚ ਵੱਡੇ ਵੱਡੇ ਉਹਨਾਂ ਸਮਿਆਂ 'ਚ ਕੋਠੇ ਹੁੰਦੇ ਸੀ ਜਿਨ੍ਹਾਂ ਦੇ ਉੱਪਰ ਬਨੇਰੇ ਨਹੀਂ ਸੀ ਹੁੰਦੇ। ਇੱਕ ਵੱਡੇ ਕੋਠੇ ਦੇ ਉੱਤੇ ਪਤੰਗ ਉਡਾ ਰਿਹਾ ਸੀ, ਅਤੇ ਮੈਥੋਂ ਕੋਈ ਵੱਡਾ ਸਾਥੀ ਸੀ, ਉਹਨੇ ਕਿਹਾ ਕਿ ਪਤੰਗ ਨੂੰ ਆਪਾਂ ਉੱਪਰ ਉਡਾਉਣਾ, ਤੂੰ ਪਿੱਛੇ ਹਟਦਾ ਚਲਾ ਜਾ। ਪਤੰਗ ਪਿੱਛੇ ਜਾ ਕੇ ਮੈਂ ਛੱਡਣਾ ਸੀ, ਮੈਂ ਪਿੱਛੇ ਮੁੜ ਕੇ ਨਾ ਦੇਖਿਆ, ਮੈਂ ਬਹੁਤ ਵੱਡੇ ਉੱਚੇ ਕੋਠੇ ਤੋਂ ਹੇਠਾਂ ਧੜਾਮ ਕਰਕੇ ਡਿੱਗਿਆ। ਤਾਂ ਜਿਸ ਘਰ ਦੇ ਮੈਂ ਡਿੱਗਿਆ ਜਾ ਕੇ, ਉਹਨਾਂ ਨੇ ਕਿਹਾ ਵੀ ਇਹਨੂੰ ਇਹਦੇ ਘਰ ਪਹੁੰਚਾਓ, ਪਤਾ ਨਹੀਂ ਇਹਨੇ ਮਰਨਾ ਕਿ ਜਿਉਣਾ ਹੈ। ਫਿਰ ਮੈਂ ਇਹ ਸਮਝਦਾ ਕਿ ਇੱਕ ਡੇਢ ਘੰਟੇ ਬਾਅਦ ਹੀ, ਮੈਂ ਨਵੰਬਰ ਨੌਂ ਸੀ, ਮੇਰੇ ਫੁੱਲ ਦੀ ਨਹੀਂ ਲੱਗੀ, ਚੀਚੀ ਤੱਕ ਨਹੀਂ ਵਿੰਗੀ ਹੋਈ। ਉਸ ਅਕਾਲ ਪੁਰਖ ਦੀ ਕਿਰਪਾ, ਉਹਦਾ ਜਿਹੜਾ ਮੇਰੇ 'ਤੇ ਆਸ਼ੀਰਵਾਦ ਹੈ, ਉਹ ਉਮਰ ਭਰ ਲਈ ਮੇਰੇ ਨਾਲ ਚੱਲਦਾ। ਮੈਂ ਕਦੇ ਇਹ ਗੱਲ ਨਹੀਂ ਭੁੱਲਿਆ ਕਿ ਮੈਂ ਸਕੂਲ ਦੇ ਟਾਈਮ 'ਤੇ ਵੀ ਆਪਣੀ ਜ਼ਿੰਦਗੀ ਖਤਮ ਹੋ ਸਕਦੀ ਸੀ ਮੇਰੀ, ਕਿ ਮੇਰੀ ਜ਼ਿੰਦਗੀ ਦੀ ਬਖਸ਼ਿਸ਼ ਹੋਈ ਹੈ, ਜਿਹੜਾ ਮੇਰਾ ਸਮਾਂ ਮੈਨੂੰ ਮਿਲਿਆ ਉਹ ਅਕਾਲ ਪੁਰਖ ਦੀ ਵਜ੍ਹਾ, ਉਹਦੀ ਕਿਰਪਾ ਕਰਕੇ ਮਿਲਿਆ, ਵਰਨਾ ਮੈਂ ਇਸ ਗੱਲ ਦੇ ਯੋਗ ਨਹੀਂ ਸੀ। ਮੈਂ ਬੀਂਗ ਏ ਜਰਨਲਿਸਟ, ਮੈਂ ਇੱਕ ਐਸਾ ਕਿੱਤਾ ਚੁਣਿਆ ਜਗਰਾਜ ਜੀ, ਦੇਖੋ ਮੈਂ ਪੋਲੀਟੀਸ਼ੀਅਨ ਦਾ ਬਣ ਨਹੀਂ ਸਕਦਾ। ਮੈਂ ਜਿੱਦਾਂ ਤੁਸੀਂ ਕਿਹਾ ਬੈਸਟ ਸਪੀਕਰ ਦੀ ਗੱਲ ਕੀਤੀ ਹੈ, ਕਾਲਜ ਪੜ੍ਹਿਆ, ਕਾਲਜ ਦੇ ਮੈਗਜ਼ੀਨ ਦਾ ਐਡੀਟਰ ਰਿਹਾ, ਬਾਅਦ 'ਚ ਜਰਨਲਿਜ਼ਮ 'ਚ ਆਇਆ, ਪਰ ਪੱਤਰਕਾਰ ਦੇ ਨਾਤੇ ਦੇ ਮੈਂ ਜੋ ਆਪਣੇ ਸੂਬੇ ਦੇ ਦੇਸ਼ ਦੇ ਲੋਕਾਂ ਦੀ ਸੇਵਾ ਨਿਭਾ ਸਕਦਾ ਸੀ, ਉਹਦੇ 'ਚ ਕੋਈ ਕਸਰ ਨਹੀਂ ਛੱਡਿਆ, ਔਰ ਬੇਬਾਕ ਹੋ ਕੇ ਮੈਂ ਉਹ ਸੇਵਾ ਕੀਤੀ। ਮੈਂ ਨਿੱਕੀ ਜਿਹੀ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਹੁੰਦੀ ਹੈ ਸੇਵਾ। ਦੇਖੋ ਪੰਜਾਬ 'ਚ ਖਾੜਕੂਵਾਦ ਦਾ ਦੌਰ ਰਿਹਾ, ਉਹ ਦੌਰ ਦੇ ਚੱਲਦਿਆਂ ਵੀ ਵੱਡੇ ਵੱਡੇ ਜਿਹੜੇ ਜਰਨੈਲ ਹੁੰਦੇ ਸੀ ਖਾੜਕੂਵਾਦ ਲਹਿਰ ਦੇ, ਅਸੀਂ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਜਾਂਦੇ ਰਹੇ ਹਾਂ, ਪਰ ਕਦੇ ਸਾਡੇ ਨਾਲ ਕਿਸੇ ਤਰੀਕੇ ਨਾਲ ਅਣ ਬਣ ਜਾਂ ਇਸ ਤਰ੍ਹਾਂ ਦੀ ਮੁਸ਼ਕਲ ਨਹੀਂ ਆਈ, ਕਿਉਂਕਿ ਸਾਡਾ ਕੰਮ ਆਪਣੇ ਪ੍ਰੋਫੈਸ਼ਨ ਤੱਕ ਉਹਨਾਂ ਦੀ ਗੱਲ ਜਿਹੜੀ ਹੈਗੀ ਆ ਆਮ ਮੀਡੀਆ 'ਚ ਜਾ ਕੇ ਲੋਕਾਂ ਤੱਕ ਪਹੁੰਚਾਉਣਾ ਸੀ। 88 ਦੇ ਵਿੱਚ ਪੰਜਾਬ 'ਚ ਬਹੁਤ ਵੱਡੇ ਫਰਾਡ ਆਏ, ਫਿਰੋਜ਼ਪੁਰ 'ਚ ਵੱਡਾ ਵੱਡਾ ਕਪੜਾ ਹੋ ਗਿਆ, ਨਹਿਰੀ ਵਿਭਾਗ 'ਚ ਮੈਂ ਟ੍ਰਿਬਿਊਨ 'ਚ ਬੀਂਗ ਰਿਪੋਰਟਰ ਕੰਮ ਕਰਦਾ ਸੀ, ਮੈਂ ਉੱਥੇ ਜਾ ਕੇ ਕਵਰ ਕੀਤਾ ਕਿ ਕਿਸ ਤਰ੍ਹਾਂ ਕਰੋੜਾਂ ਰੁਪਏ ਦਾ ਕਪੜਾ ਹੋ ਗਿਆ ਫਿਰੋਜ਼ਪੁਰ 'ਚ। ਤਾਂ ਉੱਥੋਂ ਮੈਨੂੰ ਕਿਸੇ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਕਿ ਜਗਤਾਰ ਦੀਆਂ ਲੱਤਾਂ ਤੋੜ ਦਿਆਂਗੇ, ਤੂੰ ਸਾਡੇ ਖਿਲਾਫ਼ ਟ੍ਰਿਬਿਊਨ 'ਚ ਪਹਿਲੇ ਪੰਨੇ 'ਤੇ ਖਬਰ ਲਾਈ ਹੈ। ਅਤੇ ਮੈਂ ਕਿਹਾ ਵੀ ਅੱਗੇ ਤਾਂ ਇੱਕ ਲਾਉਣੀ ਸੀ, ਹੁਣ ਇੱਕ ਹੋਰ ਲਾਊਂਗਾ। ਅਗਲੇ ਦਿਨ ਮੈਂ ਇੱਕ ਹੋਰ ਖਬਰ ਲਾਈ, ਦੋ ਖਬਰਾਂ ਲੱਗੀਆਂ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ 'ਤੇ। ਉਹਨਾਂ ਦਿਨਾਂ 'ਚ ਬਹੁਤ ਸਾਰੇ ਲੋਕ ਜਾਣਦੇ ਆ, ਰਿਬੇਰੋ ਐਡਵਾਈਜ਼ਰ ਸੀ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਸੀ, ਉਹਨਾਂ ਨੇ ਇੰਗਲਿਸ਼ ਟ੍ਰਾਂਸਲੇਟ ਕਰਵਾਈਆਂ, ਟ੍ਰਾਂਸਲੇਟ ਕਰਵਾ ਕੇ ਉਹਨਾਂ ਨੇ ਐਕਸ਼ਨ ਲਿਆ, ਔਰ 48 ਜਿਹੜੇ ਅਧਿਕਾਰੀ ਹੈ ਜਿਹਨਾਂ 'ਚ ਕੋਈ SDO ਹੋਏਗਾ, ਕੋਈ XCU ਹੋਏਗਾ, ਕੋਈ JEE ਹੋਏਗਾ, 48 ਅਧਿਕਾਰੀ ਮੇਰੀ ਰਿਪੋਰਟ ਦੇ ਉੱਤੇ ਸਸਪੈਂਡ ਹੋਏ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਕਿਤੇ ਪੰਜਾਬ ਦੇ ਹਿੱਤਾਂ ਦੀ ਖਾਤਰ ਖੜ੍ਹੇ ਹੋ ਸਕਦੇ ਹਾਂ, ਉਹਨਾਂ ਦੀ ਖਾਤਰ ਲੜ ਸਕਦੇ ਹਾਂ, ਚਾਹੇ ਸਟੂਡੈਂਟ ਟਾਈਮ ਇੱਕ ਬੜੀ ਜਗਰਾਜ ਜੀ ਮੈਂ ਕਹਾਂਗਾ ਕਿ ਮੇਰੇ 'ਤੇ ਬੜੀ ਜਿੱਦਾਂ ਤੁਸੀਂ ਕਿਹਾ ਅਕਾਲ ਪੁਰਖ ਦੀ ਅਪਾਰ ਕਿਰਪਾ ਰਹੀ ਹੈ, ਤੁਸੀਂ ਵੀ ਗੌਰਮੈਂਟ ਕਾਲਜ ਮੇਰੇ ਸਹਿਯੋਗੀ ਰਹੇ, ਲੁਧਿਆਣੇ ਦਾ ਜ਼ਿਕਰ ਕੀਤਾ,
ਜੇ ਮੈਂ ਕਾਲਜ 'ਚ ਪੜ੍ਹਿਆ ਤਾਂ ਕਾਲਜ ਦੇ ਸਟੂਡੈਂਟਸ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ। ਜੇ ਮੈਂ ਹਜੇ ਜਰਨਲਿਸਟ ਚੰਡੀਗੜ੍ਹ ਆ ਕੇ ਕੰਮ ਕੀਤਾ, ਕਿੱਥੇ ਮੈਂ ਬਠਿੰਡਾ ਟਿੱਬਿਆਂ ਤੋਂ ਉੱਠ ਗਿਆ, ਕਿੱਥੇ ਚੰਡੀਗੜ੍ਹ, ਸਾਡਾ ਕੋਈ ਵੱਡੇ ਵਡੇਰੇ ਨੇ ਵੀ ਕਿਸੇ ਚੰਡੀਗੜ੍ਹ ਨਹੀਂ ਸੀ ਦੇਖਿਆ। ਜਿੱਦਾਂ ਤੁਸੀਂ ਕਿਹਾ, ਮੈਂ ਚੰਡੀਗੜ੍ਹ 3 ਵਾਰ ਪੂਰੇ ਜਿਹਦੇ 'ਚ ਹਿਮਾਚਲ ਦੇ ਲੋਕ ਹੈ, ਹਰਿਆਣੇ ਦੇ ਲੋਕ ਹੈ, ਚੰਡੀਗੜ੍ਹ ਦੇ ਲੋਕ ਹੈ, ਪੰਜਾਬ ਦੇ ਜਰਨਲਿਸਟ ਹੈ, ਮੈਂ ਉਹਨਾਂ ਦਾ ਪ੍ਰਧਾਨ ਬਣਿਆ। ਟ੍ਰਿਬਿਊਨ ਦਾ ਸਾਲੋਂ ਸਾਲ ਮੈਂ ਪ੍ਰੈਜ਼ੀਡੈਂਟ ਰਿਹਾ। ਸਿਰਫ ਇੱਕੋ ਨਿਸ਼ਾਨਾ ਰੱਖਿਆ ਕਿ ਆਪਾਂ ਜਿੱਥੇ ਮੌਕਾ ਮਿਲਿਆ ਤਾਂ ਮਾਨਤਾ ਦੀ ਆਪਣੇ ਭਾਈਚਾਰੇ ਦੀ ਸੇਵਾ ਕੀਤੀ ਜਾ ਸਕਦੀ ਅਤੇ ਉਸ ਤੋਂ ਪਿੱਛੇ ਨਾ ਹਟਿਆ ਜਾਵੇ। ਤਾਂ ਰੱਬ ਨੇ ਅਤੇ ਮੇਰੇ ਸਾਥੀਆਂ ਸਹਿਯੋਗੀਆਂ ਨੇ ਵੀ ਮੇਰੇ ਕੋਲੋਂ ਕੁਝ ਲੁਕੋ ਕੇ ਨਹੀਂ ਰੱਖਿਆ। ਇਸ ਗੱਲ ਦੀ ਮੈਨੂੰ ਬੜੀ ਤਸੱਲੀ ਹੈ ਕਿ ਮੈਂ ਜਿੰਨੇ ਕਦਮ ਤੁਰਿਆ ਕੋਸ਼ਿਸ਼ ਕੀਤੀ ਹੈ, ਜਾਣੇ ਅਣਜਾਣੇ 'ਚ ਕੋਈ ਹੋਗਾ ਹੋਵੇ ਕਹਿ ਨਹੀਂ ਸਕਦਾ, ਨੇਕੀ ਦੇ ਰਾਹ ਦੇ ਉੱਤੇ ਤੁਰਨ ਦੀ, ਲੋਕਾਂ 'ਤੇ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਦੀ। ਇੱਕ ਨਿੱਕੀ ਜਿਹੀ ਗੱਲ ਕਹੀ, ਗੱਲ ਲੰਬੀ ਹੋ ਜਾਂਦੀ ਹੈ। ਖਾੜਕੂਆ ਦਾ ਦੌਰ ਸੀ ਤਾਂ ਮੇਰੇ ਪੁਲਿਸ ਨੇ ਛਾਪਾ ਮਾਰਿਆ ਕਿ ਤੂੰ ਖਾੜਕੂ ਦੀਆਂ ਖਬਰਾਂ ਲਗਾਉਣਾ ਹੈ। ਮੈਂ ਕਿਹਾ ਵੀ ਮੈਂ ਤਾਂ ਜਰਨਲਿਸਟ ਹੈ, ਮੇਰਾ ਕੰਮ ਹੈ ਖਬਰ ਲਗਾਉਣਾ, ਤੁਹਾਡੀ ਟ੍ਰਿਬਿਊਨ ਅੱਗੇ ਡਿਊਟੀ ਲੱਗਦੀ ਹੈ, ਤੁਸੀਂ ਉੱਥੇ ਵੀ ਆਉਂਦਾ ਮਾਰ ਸਕਦੇ ਤਾਂ ਮਾਰ ਦਿਓ। ਅਤੇ ਮੈਨੂੰ ਕਹਿੰਦੇ ਨਾਲ ਚੱਲ, ਤੂੰ ਤੇਰੀ ਅਸੀਂ ਪੁੱਛ ਗਿੱਛ ਕਰਨੀ ਹੈ। ਮੈਂ ਕਿਹਾ ਵਰੰਟ ਦਿਖਾਓ, ਮੈਂ ਇੱਦਾਂ ਨਾਲ ਨਹੀਂ ਜਾਵਾਂਗਾ, ਮੈਨੂੰ ਵਰੰਟ ਦਿਖਾਓ ਕਿ ਕਿਉਂ ਮੈਨੂੰ ਲੈਣ ਆਇਓ। ਮਾੜਿਆ ਫਿਰ ਮੈਨੂੰ ਤਾਂ ਛੱਡ ਗਏ, ਪਰ ਇਹੋ ਜਿਹੀਆਂ ਪ੍ਰਸਥਿਤੀਆਂ ਨੇ, ਬਹੁਤ ਸਾਰੇ ਮੌਕੇ ਸਾਨੂੰ ਜ਼ਿੰਦਗੀ 'ਚ ਇਹਨਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਰਾਹ 'ਤੇ ਡੋਲ ਐਜ ਏ ਜਰਨਲਿਸਟ ਚੱਲਦਾ ਰਹਾਂ, ਅਤੇ ਅੱਜ ਤੱਕ ਮੈਂ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਉਸ ਰਾਹ 'ਤੇ ਕਾਇਮ ਹੈ, ਡਟਿਆ ਹੈ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਦੇਖੋ ਕਿ ਇਹ ਜਿਹੜਾ ਮੀਡੀਆ ਹੈਗਾ, ਇਹਦੇ ਵਿੱਚ ਇੱਕ ਸੱਚਾਈ ਨੂੰ ਉਹਦੇ 'ਤੇ ਚੱਲਣਾ ਅਤੇ ਉਹਨੂੰ ਉਭਾਰਨਾ, ਇਹ ਵੀ ਇੱਕ ਮੈਂ ਕਹਾਂਗਾ ਕਿ ਬਹੁਤ ਵੱਡੀ ਸੇਵਾ ਹੈ ਦੇਸ਼ ਦੀ ਅਤੇ ਕੌਮ ਦੀ, ਅਤੇ ਸਾਨੂੰ ਮਾਣ ਹੈ ਤੁਹਾਡੇ 'ਤੇ। ਇਸੇ ਕਰਕੇ ਅਸੀਂ ਤੁਹਾਨੂੰ ਅੱਜ ਜੀਵਨ ਜਾਚ ਦੇ ਵਿੱਚ ਤੁਹਾਡੀ ਸ਼ਿਰਕਤ ਕਰਵਾਉਣਾ ਅਸੀਂ ਜ਼ਰੂਰੀ ਸਮਝਿਆ, ਅਤੇ ਸਾਨੂੰ ਮਾਣ ਹੈ ਤੁਹਾਡੇ 'ਤੇ ਜੋ ਸੇਵਾਵਾਂ ਨਿਭਾ ਰਹੇ ਹੋ ਤੁਸੀਂ, ਅਤੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਵਾਰ ਫਿਰ ਆਪਾਂ ਮੁੜ ਕੇ, ਕਿਉਂਕਿ ਦੇਖੋ ਦੁਨੀਆ ਦੇ ਵਿੱਚ ਜੋ ਜੰਗਾਂ ਲੱਗ ਗਈਆਂ, ਜੋ ਮਨੁੱਖਤਾ ਦਾ ਘਾਣ ਹੋ ਰਿਹਾ, ਤਮਾਸ਼ਾ ਸਾਰੇ ਕੰਟਰੀ ਰਲ ਕੇ ਦੇਖ ਰਹੇ ਹੈ, ਅਤੇ ਉਪਾਅ ਅਤੇ ਉਹਦਾ ਠਹਿਰਾਅ ਅਤੇ ਉਹਦੀ ਬੰਦੀ ਵਿੱਚ ਆਵਾਜ਼ਾਂ ਜ਼ਰੂਰ ਉੱਠ ਰਹੀਆਂ, ਯਤਨ ਦਿਖਾ ਰਹੇ ਹਾਂ ਕਿ ਅਸੀਂ ਯਤਨ ਕਰ ਰਹੇ ਹਾਂ, ਲੇਕਿਨ ਕੋਸ਼ਿਸ਼ਾਂ ਨਾਕਾਮ ਹਨ। ਅਤੇ ਅਜੇ ਮਤਲਬ ਪੰਜਾਬੀ ਹੁੰਦੇ ਹੋਏ ਅਤੇ ਹਿੰਦੁਸਤਾਨੀ ਭਾਰਤੀ ਹੁੰਦੇ ਹੋਏ ਮੈਂ ਉੱਥੇ ਵਾਪਸ ਪੰਜਾਬ 'ਤੇ ਆਉਂਦਾ। ਪੰਜਾਬ ਦੇ ਵਿੱਚ ਪੰਜਾਬ ਦਾ ਪਾਣੀ ਮੁੱਕ ਰਿਹਾ, ਜ਼ਹਿਰੀਲਾ ਹੋ ਰਿਹਾ, ਬਹੁਤ ਸਾਰੇ ਪਿੰਡਾਂ ਦਾ ਪਾਣੀ ਬਿਲਕੁਲ ਖਤਮ ਹੋ ਚੁੱਕਿਆ, ਅਤੇ ਸਾਰੇ ਪੰਜਾਬ ਦਾ ਪਾਣੀ ਮੈਨੂੰ ਲੱਗਦਾ ਕਿ 5-4 ਸਾਲ ਤੱਕ ਉਹ ਵੀ ਖਤਮ ਹੋਣ ਦੀ ਮਤਲਬ ਦੁਹਾਈ ਪੈ ਰਹੀ ਹੈ। ਕਿਸਾਨੀਅਤ ਦਾ ਘਾਣ ਹੋ ਰਿਹਾ, ਬਿਲਕੁਲ ਕੰਗਾਲੀ ਦੇ ਸਿਰੇ 'ਤੇ ਮਤਲਬ ਪਹੁੰਚ ਚੁੱਕਿਆ। ਇਸ ਸਮੱਸਿਆ ਦਾ ਪੰਜਾਬ ਦਾ ਕੀ ਸਮੱਸਿਆ ਦਾ ਇਲਾਜ ਕੀ ਹੋ ਸਕਦਾ ਹੈ? ਐਜ ਏ ਸੀਨੀਅਰ ਜਰਨਲਿਸਟ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜਗਰਾਜ ਜੀ, ਬਹੁਤ ਅਹਿਮ ਸਵਾਲ ਹੈ। ਮੈਂ ਦੋਨੇ ਮੁੱਦਿਆਂ ਬਾਰੇ ਬਰੀਫ 'ਚ ਤੁਹਾਡੇ ਨਾਲ ਗੱਲ ਕਰਨ ਦੀ, ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ। ਦੇਖੋ, ਦੁਨੀਆ ਪੱਧਰ 'ਤੇ ਜਦੋਂ ਆਪਾਂ ਲੜਾਈਆਂ ਦੀ ਗੱਲ ਕਰਦੇ ਹਾਂ ਤਾਂ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਇਜ਼ਰਾਈਲ ਅਤੇ ਲਿਬਨਾਨ ਦੋਨਾਂ ਦਾ ਇਸ ਕਦਰ ਘਮਸਾਨ ਰੱਖਿਆ ਹੋਇਆ। ਇਜ਼ਰਾਈਲ ਲਗਾਤਾਰ ਹਮਲੇ 'ਤੇ ਹਮਲੇ ਕਰ ਰਿਹਾ, ਕੋਈ UNO ਦੀ ਪਰਵਾਹ ਨਹੀਂ, ਮੁੱਖ ਮੰਤਰੀ ਸੰਗਠਨਾਂ ਦੀ ਪਰਵਾਹ ਨਹੀਂ। ਇਸੇ ਤਰੀਕੇ ਦੇ ਨਾਲ ਹੋਰ ਕਈ ਮੁਲਕਾਂ 'ਚ ਲੜਾਈਆਂ ਘਮਸਾਨ ਆਪਾਂ ਸਾਰੇ ਜਾਣਦੇ ਹਾਂ, ਯੂਕਰੇਨ ਅਤੇ ਰਸ਼ੀਆ 'ਚ ਕਿਸ ਕਦਰ ਮਾਨਵਤਾ ਦਾ ਘਾਣ ਹੋ ਰਿਹਾ।
ਇੱਦਾਂ ਜੇ ਆਪਾਂ ਗੱਲ ਕਰੀਏ ਚਾਈਨਾ ਤੇ ਭਾਰਤ ਦਾ ਤਣਾਅ ਬਣਿਆ ਹੋਇਆ, ਪਾਕਿਸਤਾਨ ਤੇ ਭਾਰਤ ਦਾ ਤਣਾਅ ਬਣਿਆ, ਆਪਾਂ ਤਾਂ ਜਿਹੜਾ ਪੰਜਾਬ 'ਚ ਬੈਠੇ ਹਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ, ਕਈ ਜੰਗਾਂ ਪੰਜਾਬ ਵਾਲਿਆਂ ਨੇ ਭੁਗਤੀਆਂ ਆਪਣੇ ਪਿੰਡੇ ਦੇ ਉੱਤੇ ਪਾਕਿਸਤਾਨ ਦੇ ਨਾਲ, ਕਿ ਕਿਸ ਤਰ੍ਹਾਂ ਤਬਾਹੀ ਹੁੰਦੀ ਹੈ। ਸੋ ਇਹਦਾ ਤਾਂ ਇੱਕੋ ਹੀ ਹੈ ਕਿ ਮਾਨਤਾ ਦਾ ਸੁਨੇਹਾ ਇਹ ਹੈ ਕਿ ਤੁਸੀਂ ਵਾਰਤਾਲਾਪ ਗੱਲਬਾਤ ਦੇ ਰਾਹੀਂ ਮਸਲੇ ਹੱਲ ਕੀਤੇ ਜਾ ਸਕਦੇ ਹੈ। ਲੜਾਈ ਕਿਸੇ ਮਸਲੇ ਦਾ ਹੱਲ ਨਹੀਂ, ਪਰ ਵੱਡੇ ਪੱਧਰ ਦੇ ਮੁਲਕਾਂ ਦੇ ਆਪਣੇ ਆਪਣੇ ਹਿੱਤ ਹੈ, ਉਹ ਪਰਵਾਹ ਨਹੀਂ ਕਰਦੇ ਗੱਲਬਾਤ ਦੀ ਜਾਂ ਸ਼ਾਂਤੀ ਦੀ, ਉਹ ਦੇਖਦੇ ਕਿ ਸਾਡੇ ਹਿੱਤ ਕਿਵੇਂ। ਜਿਵੇਂ ਇਜ਼ਰਾਈਲ ਦੀ ਗੱਲ ਕਰਦੇ, ਗੱਲ ਕਹਿ ਕੇ ਮੈਂ ਆਪਣੀ ਸਮਾਪਤੀ ਕਰਾਂਗਾ ਇਜ਼ਰਾਈਲ ਦੇ ਮੁੱਦੇ 'ਤੇ, ਜੇ ਇਜ਼ਰਾਈਲ ਨੂੰ ਨਾ ਰੁਕਿਆ ਗਿਆ ਤਾਂ ਦੁਨੀਆ ਭਰ ਦੀ ਸ਼ਾਂਤੀ ਲਈ ਵੱਡਾ ਖਤਰਾ ਖੜਾ ਕਰ ਸਕਦਾ ਹੈ। ਦੂਜੀ ਗੱਲ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ, ਦੇਖੋ ਬਹੁਤ ਅਹਿਮ ਸਵਾਲ ਹੈ। ਇਹਦੇ ਲਈ ਸਿੱਧੇ ਤੌਰ 'ਤੇ ਪਹਿਲਾਂ ਤਾਂ ਸਰਕਾਰਾਂ ਜ਼ਿੰਮੇਵਾਰ ਹੈ। ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਦੇਖੋ, ਪੰਜਾਬ 'ਚ ਤੁਸੀਂ ਵੀ ਪੰਜਾਬ ਦੇ ਰਹਿਣ ਵਾਲੇ, ਪੁਰਾਣਾ ਤੁਹਾਡਾ ਪਿਛੋਕੜ ਪੰਜਾਬ ਨਾਲ ਹੀ ਜੁੜਿਆ ਹੋਇਆ। ਪੰਜਾਬ ਤਾਂ ਕਦੇ ਝੋਨੇ ਦੀ ਖੇਤੀ ਹੁੰਦੀ ਨਹੀਂ ਸੀ, ਇੱਥੇ ਤਾਂ ਨਰਮਾ ਹੁੰਦਾ ਸੀ, ਇੱਥੇ ਕਮਾਦ ਹੁੰਦਾ ਸੀ, ਇੱਥੇ ਮੱਕੀ ਹੁੰਦੀ ਸੀ, ਤਿਲਾਂ ਦੀਆਂ ਫਸਲਾਂ ਹੁੰਦੀਆਂ ਸੀ, ਦਾਲਾਂ ਹੁੰਦੀਆਂ ਸੀ। ਤਾਂ ਹੁਣ ਜੇ ਤੁਸੀਂ ਪੰਜਾਬ ਆਓ ਤਾਂ ਦੇਖੋ ਪੰਜਾਬ ਦੇ ਚੱਪੇ ਚੱਪੇ 'ਤੇ ਝੋਨਾ ਹੈ। ਕਿਹਨੇ ਇਸ ਪਾਸੇ ਵੱਲ ਨੂੰ ਪ੍ਰੇਰਿਆ? ਕੇਂਦਰ ਦੀ ਸਰਕਾਰ ਨੇ, ਕਿਉਂਕਿ ਜ਼ਰੂਰ ਸੀ ਉਸ ਵੇਲੇ ਅਨਾਜ ਭੰਡਾਰ ਦੀ, ਇਸੇ ਕਰਕੇ ਕਣਕ ਅਤੇ ਜਿਹੜਾ ਚਾਵਲਾਂ ਦਾ ਜਿਹੜਾ ਫਸਲੀ ਚੱਕਰ ਉਹ ਚੱਲਿਆ। ਹੁਣ ਧਰਤੀ ਹੇਠਲੇ ਭੰਡਾਰ ਲਗਾਤਾਰ ਪਾਣੀ ਦੇ ਖਤਮ ਹੁੰਦੇ ਜਾ ਰਿਹਾ, ਕਿਉਂਕਿ ਜਿੰਨਾ ਪਾਣੀ ਕੱਢਿਆ ਜਾ ਰਿਹਾ ਉਹ ਪਾਣੀ ਵਾਪਸ ਆਉਣ ਦਾ ਕੋਈ ਇੰਤਜ਼ਾਮ ਨਹੀਂ, ਨਾ ਇੱਦਾਂ ਦੇ ਸਿਸਟਮ ਅਡੋਪਟ ਕੀਤੇ ਜਾ ਰਹੇ। ਜਿੱਥੋਂ ਤੱਕ ਜ਼ਹਿਰੀਲੇ ਪਾਣੀ ਦੀ ਗੱਲ ਹੈ, ਮੈਂ ਸਮੇਂ ਦੇ ਲਿਹਾਜ਼ ਨਾਲ ਇੱਕੋ ਐਗਜ਼ਾਮਪਲ ਲੈਣੀ ਚਾਹਾਂਗਾ। ਦੇਖੋ ਬੁੱਢਾ ਨਾਲਾ ਹੈ, ਉਹ ਦਹਾਕਿਆਂ ਤੋਂ ਕਿੰਨੇ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਕਿ ਬੁੱਢਾ ਨਾਲਾ ਜਿਹੜਾ ਹੈਗਾ ਬਹੁਤ ਹੀ ਪ੍ਰਦੂਸ਼ਣ ਫੈਲਾ ਰਿਹਾ, ਜ਼ਹਿਰੀਲਾ ਪਾਣੀ ਉੱਥੇ ਜਾ ਰਿਹਾ। ਕਿਉਂ ਜਾ ਰਿਹਾ? ਕਿਉਂਕਿ ਲੁਧਿਆਣਾ ਦੀਆਂ, ਤੁਸੀਂ ਵੀ ਜਗਰਾਜ ਜੀ ਲੁਧਿਆਣੇ ਨਾਲ ਸੰਬੰਧ ਰਹੇ ਹੋ, ਪੜ੍ਹੇ ਹੋ ਲੁਧਿਆਣਾ ਵਿੱਚ, ਲੁਧਿਆਣਾ 'ਚ ਬਹੁਤ ਸਾਰੀ ਇਹੋ ਜਿਹੀ ਇੰਡਸਟਰੀ ਹੈ ਜਿਹਦਾ ਪਾਣੀ ਜਿਹੜਾ ਹੈਗਾ ਜ਼ਹਿਰੀਲਾ ਪਾਣੀ, ਜਿਹੜੇ ਵੱਖ ਵੱਖ ਤਾਤਾਂ ਜ਼ਹਿਰਾਂ ਉਹਦੇ 'ਚ ਹੈਗੀਆਂ, ਉਹ ਬੁੱਢੇ ਨਾਲੇ ਜਾਂਦਾ ਹੈ। ਬੁੱਢਾ ਨਾਲਾ ਅੱਗੇ ਜਾ ਕੇ ਸਤਲੁਜ ਦਰਿਆ 'ਚ ਪੈਂਦਾ ਹੈ। ਸਤਲੁਜ ਦਰਿਆ ਦਾ ਪਾਣੀ ਆਪਾਂ ਸਾਰੇ ਜਾਣਦੇ ਹਾਂ, ਪੂਰੇ ਮਾਲਵੇ ਜਾ ਕੇ ਫੈਲਦਾ ਹੈ, ਖੇਤਰ ਦਾ ਕਿਤੇ ਫਸਲਾਂ ਨੂੰ ਲੱਗਦਾ, ਕਿਤੇ ਪੀਣ ਦੇ ਕੰਮ ਆਉਂਦਾ ਹੈ। ਉਹਦੀ ਸੋਧ ਦੇ ਲਈ, ਉਹਦੀ ਸੁਧਾਈ ਦੇ ਲਈ ਬਹੁਤ ਕੁਛ ਕੀਤਾ ਜਾ ਰਿਹਾ, ਕਰੋੜਾਂ ਕਰੋੜਾਂ ਰੁਪਏ ਵੀ ਹੁਣ ਤੱਕ ਲੱਗ ਚੁੱਕੇ ਹੈ, ਪਰ ਅਜੇ ਤੱਕ ਵੀ ਗੱਲ ਸਿਰੇ ਨਹੀਂ ਲੱਗੀ। ਲਾਸਟ ਗੱਲ ਮੈਂ ਕਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮੇਂ 'ਚ ਫਿਰ ਦਾਅਵਾ ਕੀਤਾ ਕਿ ਬੁੱਢੇ ਨਾਲੇ ਦਾ ਜਿਹੜਾ ਪਾਣੀ ਹੈ ਸਾਫ਼ ਕੀਤਾ ਜਾਏਗਾ, ਸਾਫ਼ ਸੁਥਰਾ ਜਿਹੜੀਆਂ ਗੰਦੀਆਂ ਧਾਤਾਂ ਹੈ, ਜਿਹੜਾ ਗੰਦਾ ਪਾਣੀ ਹੈ ਉਹ ਪੈਣ ਤੋਂ ਰੋਕਿਆ ਜਾਏਗਾ। ਸੋ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਸ਼ਹਿਰਾਂ ਦੇ ਜਿਹੜੇ ਇਸ ਤਰ੍ਹਾਂ ਇੰਡਸਟਰੀ ਦੇ ਜਿਹੜੇ ਗੰਦੇ ਪਾਣੀ ਹੈ, ਧਾਤਾਂ ਵਾਲੇ ਪਾਣੀ ਹੈ, ਜ਼ਹਿਰੀਲੇ ਪਾਣੀ ਹੈ, ਉਹ ਦਰਿਆਵਾਂ 'ਚ ਪੈਣ ਤੋਂ ਰੋਕੇ ਜਾਣ ਜਾਂ ਸਿੱਧੇ ਤੌਰ 'ਤੇ ਧਰਤੀ 'ਚ ਸੁੱਟੇ ਜਾਣ ਤੋਂ ਰੋਕੇ ਜਾਣ, ਤਾਂ ਹੀ ਬਚਾਅ ਹੋ ਸਕਦਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ ਪੰਜਾਬ 'ਚ ਪਾਣੀ ਦੀ ਸਮੱਸਿਆ ਤਾਂ ਆਪਣੇ ਆਪ 'ਚ ਹੈ, ਅਤੇ ਪਾਣੀ ਇਸ ਕਦਰ ਜ਼ਹਿਰੀਲਾ ਹੋ ਜਾਏਗਾ ਕਿ ਪੀਣਾ ਵੀ ਮੁਸ਼ਕਲ ਹੋ ਜਾਏਗਾ, ਔਰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ। ਆਪਾਂ ਸਾਰੇ ਜਾਣਦੇ ਹਾਂ ਕਿਸ ਤਰ੍ਹਾਂ ਬਠਿੰਡਾ ਮਾਲਵੇ 'ਚ ਕੈਂਸਰ ਦੀ ਬਿਮਾਰੀ ਬੁਰੀ ਤਰ੍ਹਾਂ ਫੈਲੀ ਹੋਈ ਹੈ। ਜੀ ਜਗਰਾਜ ਜੀ, ਸਿੱਧੂ ਸਾਹਿਬ, ਦਿਲ ਬੜਾ ਕਰਦਾ ਹੈ ਕਿ ਤੁਹਾਡੇ ਨਾਲ ਹੋਰ ਖੁੱਲ੍ਹੀਆਂ ਵਿਚਾਰਾਂ ਕੀਤੀਆਂ ਜਾਣ, ਅਤੇ ਅਸੀਂ ਹੁਣ ਬਿਲਕੁਲ ਪ੍ਰੋਗਰਾਮ ਦੇ ਅਖੀਰ ਨੂੰ ਜਾ ਰਹੇ ਹਾਂ, ਅਤੇ ਆਖਰ ਦੇ ਵਿੱਚ ਦਰਸ਼ਕਾਂ ਦੇ ਨਾਲ, PVC ਚੈਨਲ ਦੇ ਜੋ ਦੇਖਣ ਵਾਲੇ ਹੈ ਅਤੇ ਜਾਂ ਇੱਥੋਂ ਦੀ ਸੰਗਤ ਨੂੰ ਪਿੰਗਲਵਾੜੇ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ? ਜਗਰਾਹੀ, ਦੇਖੋ ਪਿੰਗਲਵਾੜੇ ਦੀ ਜਿਹੜੀ ਪ੍ਰੇਰਨਾ ਜੋ ਜ਼ਿੰਦਗੀ 'ਚ ਅਪਣਾਉਣ ਦੀ ਲੋੜ ਹੈ, ਇਹੀ ਹੈ ਕਿ ਮਾਨਤਾ ਨੂੰ ਗੱਲ ਨਾ ਲਾਓ ਅਤੇ ਜਿਹੜੀ ਨਫ਼ਰਤ ਹੈ ਉਸ ਨੂੰ ਦੂਰ ਭਜਾਓ। ਜੇ ਮਾਨਤਾ ਨੂੰ ਗੱਲ ਨਾ ਲਾਓਗੇ ਤੁਹਾਡਾ ਆਪਣਾ ਵੀ ਭਲਾ ਹੈ, ਤੁਹਾਡੇ ਸਮਾਜ ਦਾ ਵੀ ਭਲਾ ਹੈ, ਦੇਸ਼ ਦਾ ਵੀ ਭਲਾ ਹੈ। ਪਿੰਗਲਵਾੜੇ ਦਾ ਸਭ ਤੋਂ ਵੱਡਾ ਹੀ ਸੁਨੇਹਾ ਹੈ ਮਾਨਤਾ ਦਾ ਭਲਾਈ ਅਤੇ ਮਾਨਤਾ ਨੂੰ ਗੱਲ ਨਾਲ ਲਾਉਣਾ। ਜੀ
ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਇਵੇਂ ਹੀ ਨਿਰਪੱਖ ਹੋ ਕੇ ਤੁਸੀਂ ਜੋ ਜਰਨਲਿਜ਼ਮ ਦਾ ਤੁਹਾਡਾ ਪ੍ਰੋਫੈਸ਼ਨ ਹੈ ਉਹਦੇ 'ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਅਤੇ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ, ਜੀਵਨ ਜਾਂਚ ਦੇ ਵਿੱਚ ਸਾਡੀ ਖਾਹਿਸ਼ ਰਹੇਗੀ ਕਿ ਤੁਹਾਨੂੰ ਫਿਰ ਵੀ ਕਦੇ ਲੈ ਕੇ ਆਈਏ। ਤਦ ਤੱਕ ਦਰਸ਼ਕਾਂ ਤੋਂ ਆਪਾਂ ਮਤਲਬ ਮਾਫ਼ੀ ਮੰਗਦੇ ਹਾਂ, ਅਤੇ ਹੋਰ ਕਿਸੇ ਪ੍ਰੋਗਰਾਮ ਦੇ ਵਿੱਚ ਫਿਰ ਜੀਵਨ ਜਾਂਚ ਦੇ ਵਿੱਚ ਕਿਸੇ ਹੋਰ ਗੈਸਟ ਨੂੰ, ਇੱਦਾਂ ਦੀ ਸ਼ਖਸੀਅਤ ਨੂੰ ਲੈ ਕੇ ਆਵਾਂਗੇ। ਤਦ ਤੱਕ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।